ਜੀ ਗੰਤੰਤਾ ਦਿਵਸ ਤੇ ਲਾਲ ਕਿਲੇ ਤੇ ਹੋਈ ਕਟਨਾ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਈ ਲਾਲ ਕਿਲੇ ਤੇ ਜਿਹੜੀ ਸ਼ਰਮਸ਼ਾਰ ਕਟਨਾ ਹੋਈ ਹੈ ਦੇਸ਼ ਦਾ ਸਿਰ ਝੁਕਿਆ ਹੈ ਇਹ ਦੇਸ਼ ਦਾ ਸਿਰ ਝੁਕਾਇਆ ਕਿਨੇ ਇਹ ਭਾਜੀ ਪੀ ਤੇ ਆਮ ਆਦਮੀ ਪਾਰਟੀ ਦਾ ਮੈਚ ਫਿਕਸਿੰਗ ਹੋਇਆ ਉਹ ਜਗ੍ਹਾ ਦੇ ਉੱਪਰ ਆ ਭਾਈ ਲੱਖਾ ਸਿਦਾਨਾ ਕੌਣ ਹੈ ਨਾਮਵਰ ਗੈਂਗਸਟਰ ਤੇ ਫਿਰ ਦੀਪ ਸਿੱਧੂ ਕੌਣ ਹੈ ਸਟਾਰ ਪ੍ਰਚਾਰਕ ਬੀਜੇਪੀ ਦਾ ਜਿਹੜਾ ਦੋਸਤ ਤੇ ਰਿਸ਼ਤੇਦਾਰ ਆ ਸਨੀ ਦਿਓਲ ਦਾ ਤੇ ਉਹਦੇ ਨਾਲ ਫੋਟੋਆਂ ਕਿਧੀਆਂ ਭਾਈ ਨਰਿੰਦਰ ਮੋਦੀ ਜੀ ਦੀਆਂ ਉਹਦੇ ਨਾਲ ਫੋਟੋਆਂ ਕਿਧੀਆਂ ਅਮਿਤ ਸ਼ਾਹ ਜੀ ਦੀਆਂ ਤੇ ਨਾਲੇ ਆ ਅਮਰੀਕ ਸਿੰਘ ਮਿੱਕੀ ਜਿਹਨੂੰ ਆ ਸੰਜੀਤ ਸਿੰਘ ਨੇ ਤੇ ਨਾਲੇ ਇਹ ਆਮ ਆਦਮੀ ਪਾਰਟੀ ਦੇ ਇੰਚਾਰਜ ਨੇ ਜਰਨੈਲ ਸਿੰਘ ਉਹਨਾਂ ਨੇ ਸ਼ਾਮਲ ਕਰਾਇਆ ਆ ਦੋਨਾ ਜਨੀਆਂ ਨੇ ਉਥੇ ਗੜਵਰ ਫਲਾਈਆ ਆ ਆ ਫੋਟੋਆਂ ਸਾਹਮਣੇ ਆ ਰਹੀਆਂ ਭਾਈ ਇਹਦੇ ਵਿੱਚ ਜੇ ਦੋਸ਼ੀ ਹੈ ਤੇ A ਟੀਮ BJP ਤੇ B ਟੀਮ ਆਮ ਆਦਮੀ ਪਾਰਟੀ ਇਹ A ਤੇ B ਟੀਮ ਦੇ ਖਿਲਾਫ ਸਾਜ਼ਿਸ਼ ਦਾ ਪਰਚਾ ਦਰਜ ਹੋਣਾ ਚਾਹੀਦਾ ਦੋਸ਼ੀ ਕੋਈ ਵੀ ਹੋਵੇ ਕਿਸੇ ਵੀ ਸਿਆਸੀ ਪਾਰਟੀ ਦਾ ਹੋਵੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਜੀ ਗੰਤੰਤਾ ਦਿਵਸ ਤੇ ਲਾਲ ਕਿਲੇ ਤੇ ਹੋਈ ਕਟਨਾ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਈ ਲਾਲ ਕਿਲੇ ਤੇ ਜਿਹੜੀ ਸ਼ਰਮਸ਼ਾਰ ਕਟਨਾ ਹੋਈ ਹੈ ਦੇਸ਼ ਦਾ ਸਿਰ ਝੁਕਿਆ ਹੈ ਇਹ ਦੇਸ਼ ਦਾ ਸਿਰ ਝੁਕਾਇਆ ਕਿਨੇ ਇਹ ਭਾਜੀ ਪੀ ਤੇ ਆਮ ਆਦਮੀ ਪਾਰਟੀ ਦਾ ਮੈਚ ਫਿਕਸਿੰਗ ਹੋਇਆ ਉਹ ਜਗ੍ਹਾ ਦੇ ਉੱਪਰ ਆ ਭਾਈ ਲੱਖਾ ਸਿਧਾਨਾ ਕੌਣ ਹੈ ਨਾਮਵਰ ਗੈਂਗਸਟਰ ਤੇ ਫਿਰ ਦੀਪ ਸਿੱਧੂ ਕੌਣ ਹੈ ਸਟਾਰ ਪ੍ਰਚਾਰਕ ਬੀਜੇਪੀ ਦਾ ਜਿਹੜਾ ਦੋਸਤ ਤੇ ਰਿਸ਼ਤੇਦਾਰ ਆ ਸਨੀ ਦਿਓਲ ਦਾ ਤੇ ਉਹਦੇ ਨਾਲ ਫੋਟੋਆਂ ਕਿਧੀਆਂ ਭਾਈ ਨਰਿੰਦਰ ਮੋਦੀ ਜੀ ਦੀਆਂ ਉਹਦੇ ਨਾਲ ਫੋਟੋਆਂ ਕਿਧੀਆਂ ਅਮਿਤ ਸ਼ਾਹ ਜੀ ਦੀਆਂ ਤੇ ਨਾਲੇ ਆ ਅਮਰੀਕ ਸਿੰਘ ਮਿੱਕੀ ਜਿਹਨੂੰ ਆ ਸੰਜੀਤ ਸਿੰਘ ਨੇ ਤੇ ਨਾਲੇ ਇਹ ਆਮ ਆਦਮੀ ਪਾਰਟੀ ਦੇ ਇੰਚਾਰਜ ਨੇ ਜਰਨੈਲ ਸਿੰਘ ਉਹਨਾਂ ਨੇ ਸ਼ਾਮਲ ਕਰਾਇਆ ਆ ਦੋਨਾ ਜਨੀਆਂ ਨੇ ਉਥੇ ਗੜਵਰ ਫਲਾਈਆ ਆ ਫੋਟੋਆਂ ਸਾਹਮਣੇ ਆ ਰਹੀਆਂ ਭਾਈ ਇਹਦੇ ਵਿੱਚ ਜੇ ਦੋਸ਼ੀ ਹੈ ਤੇ ਏ ਟੀਮ ਭਾਜਪੀ ਤੇ ਬੀ ਟੀਮ ਆਮ ਆਦਮੀ ਪਾਰਟੀ ਏ ਏ ਤੇ ਬੀ ਟੀਮ ਦੇ ਖਿਲਾਫ ਸਾਜ਼ਿਸ਼ ਦਾ ਪਰਚਾ ਦਰਜ ਹੋਣਾ ਚਾਹੀਦਾ ਦੋਸ਼ੀ ਕੋਈ ਵੀ ਹੋਵੇ ਕਿਸੇ ਵੀ ਸਿਆਸੀ ਪਾਰਟੀ ਦਾ ਹੋਵੇ ਬਖਸ਼ਿਆ ਨਹੀਂ ਜਾਣਾ ਚਾਹੀਦਾ